ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਦੇ ਇਸ ਬੁਲੇਟਿਨ 'ਚ ਮੈਂ ਹਾਂ ਨੀਲ ਕਮਲ ਅਤੇ ਆਹ ਬੁਲੇਟਿਨ 'ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਹੈਡਲਾਈਨਸ 'ਤੇ। ਕੈਬਨਿਟ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੈਬਨਿਟ ਦੇ ਮੰਤਰੀਆਂ ਨੂੰ ਵਿਭਾਗਾਂ ਦੀ ਕੀਤੀ ਵੰਡ। ਅਮਿਤ ਸ਼ਾਹ ਨੂੰ ਮੁੜ ਤੋਂ ਮਿਲਿਆ ਗ੍ਰਹਿ ਮੰਤਰਾਲੇ, ਰਾਜਨਾਥ ਅਤੇ ਐਸ ਜੈਸ਼ੰਕਰ ਨੂੰ ਵੀ ਪਹਿਲੇ ਵਾਲੇ ਮੰਤਰਾਲਿਆਂ ਦੀ ਜ਼ਿੰਮੇਵਾਰੀ। ਪੰਜਾਬ ਤੋਂ ਮੋਦੀ ਕੈਬਨਿਟ ਵਿੱਚ ਸ਼ਾਮਿਲ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਵਜੋਂ ਸੰਭਾਲਣਗੇ ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲੇ। ਅਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ। ਕਿਹਾ, ਗੁਰੂਆਂ ਦੇ ਆਸ਼ੀਰਵਾਦ ਨਾਲ ਦੇਸ਼ ਜਲਦ ਬਣੇਗਾ ਵਿਸ਼ਵ ਗੁਰੂ। ਤੇ ਹੁਣ ਖਬਰਾਂ ਦੀ ਤਫਸੀਲ। ਬੀਤੀ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ 71 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ ਸੀ, ਜਿਨ੍ਹਾਂ ਨੂੰ ਅੱਜ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕੈਬਨਿਟ ਦੀ ਮੀਟਿੰਗ ਦੌਰਾਨ ਵਿਭਾਗਾਂ ਦੀ ਵੰਡ ਕੀਤੀ। ਦੇਸ਼ ਦੇ ਮੰਤਰੀਆਂ ਨੂੰ ਸੌਂਪੇ ਗਏ ਵਿਭਾਗਾਂ ਵਿੱਚ ਰਾਜਨਾਥ ਸਿੰਘ ਨੂੰ ਮੁੜ ਤੋਂ ਰੱਖਿਆ ਮੰਤਰਾਲੇ, ਐਸ ਜੈਸ਼ੰਕਰ ਨੂੰ ਵਿਦੇਸ਼ ਮੰਤਰਾਲੇ ਅਤੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਸ਼ਵਨੀ ਵੈਸ਼ਨਵ ਨੂੰ ਰੇਲ ਮੰਤਰਾਲਾ ਸੌਂਪਿਆ ਗਿਆ ਹੈ ਅਤੇ ਨਿਤਿਨ ਗਡਕਰੀ ਨੂੰ ਰੇਲ ਮੰਤਰੀ ਬਣਾਇਆ ਗਿਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਸੌਂਪੇ ਗਏ ਨੇ। ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਸਿਹਤ ਮੰਤਰੀ ਬਣਾਇਆ ਗਿਆ। ਨਿਰਮਲਾ ਸੀਤਾਰਮਨ ਨੂੰ ਵੀ ਪਹਿਲਾਂ ਵਾਂਗ ਹੀ ਵਿੱਤ ਮੰਤਰਾਲਾ ਸੌਂਪਿਆ ਗਿਆ ਹੈ। ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ, ਪੰਚਾਇਤ ਅਤੇ ਗ੍ਰਾਮੀਣ ਵਿਕਾਸ ਮੰਤਰੀ, ਜੀਤਨ ਰਾਮ ਮਾਂਝੀ ਨੂੰ ਲਘੂ ਉਦਯੋਗ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ ਹਰਦੀਪ ਪੁਰੀ ਨੂੰ ਪੈਟਰੋਲੀਅਮ ਮੰਤਰੀ, ਧਰਮਿੰਦਰ ਪ੍ਰਧਾਨ ਨੂੰ ਮਾਨਵ ਸੰਸਾਧਨ ਮੰਤਰੀ, ਸੀ ਆਰ ਪਾਟਿਲ ਨੂੰ ਜਲ ਸ਼ਕਤੀ ਮੰਤਰੀ, ਗਜੇਂਦਰ ਸ਼ੇਖਾਵਤ ਨੂੰ ਸੰਸਕ੍ਰਿਤੀ ਅਤੇ ਟੂਰਿਜ਼ਮ ਮੰਤਰੀ, ਚਿਰਾਗ ਪਾਸਵਾਨ ਨੂੰ ਖੇਡ, ਯੁਵਾ ਕਲਿਆਣ ਅਤੇ ਖੁਰਾਕ ਮੰਤਰੀ ਬਣਾਇਆ ਗਿਆ। ਸਰਬਾਨੰਦ ਸੋਨੇਵਾਲ ਅਤੇ ਸ਼ਾਂਤਨੂ ਠਾਕੁਰ ਨੂੰ ਪੋਰਟ ਸ਼ਿਪਿੰਗ ਮੰਤਰਾਲਾ ਸੌਂਪਿਆ ਗਿਆ। ਰਵਨੀਤ ਬਿੱਟੂ ਨੂੰ ਘੱਟ ਗਿਣਤੀ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਭੁਪਿੰਦਰ ਯਾਦਵ ਨੂੰ ਵਾਤਾਵਰਣ ਮੰਤਰੀ ਅਤੇ ਅੰਨਪੂਰਨਾ ਦੇਵੀ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਜ਼ੁਲਮ, ਅਨਿਆਂ ਅਤੇ ਜ਼ੁਲਮ ਦੇ ਖਿਲਾਫ਼ ਡਟ ਕੇ ਵਿਰੋਧ ਕਰਨ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਅਤੇ ਸਿਆਣਪ ਦਾ ਖਜ਼ਾਨਾ ਹੈ ਜੋ ਸਮੁੱਚੀ ਮਨੁੱਖਤਾ ਲਈ ਚਾਨਣ ਮੁਰਾਰਾ ਰਹੇ। ਭਗਵੰਤ ਮਾਨ ਨੇ ਗੁਰਬਾਣੀ ਦੀ ਤੁਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਮਹਾਨ ਗੁਰੂਆਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ। ਸੂਬਾ ਸਰਕਾਰ ਨੇ ਪਹਿਲੀ ਵਾਰ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਪੁਰੋਹਿਤ ਨੇ ਕਿਹਾ ਕਿ ਭਾਰਤ ਗੁਰੂਆਂ ਦੀ ਧਰਤੀ ਹੈ ਅਤੇ ਇਨ੍ਹਾਂ ਦੇ ਹੀ ਆਸ਼ੀਰਵਾਦ ਨਾਲ ਦੇਸ਼ ਜਲਦ ਵਿਸ਼ਵ ਗੁਰੂ ਬਣੇਗਾ। आज देश का बहुत ही पवित्र दिन है। मैं अपना सौभाग्य समझता हूँ कि आज के दिन इस पवित्र गुरुद्वारे में माथा टेकने का मुझे सौभाग्य मिला। राष्ट्र
की मैंने कामना की है, पूरे जनता की खुशहाली की कामना की है और गुरुओं की असीम कृपा से हमारा देश हमेशा शांतिपूर्ण भाईचारे के वातावरण में हमेशा चलेगा और हमेशा प्रगति करेगा। तो पुनः खोया हुआ जो वैभव है विश्व गुरु का, हमारा भारत गुरुओं के आशीर्वाद से अवश्य प्राप्त करेगा, ऐसा मेरा पूरा विश्वास है। आपके माध्यम से सभी भाइयों को, खासकर हमारे सिख भाइयों को, मैं आज के दिन बहुत बहुत उनको मैं आग्रह करूँगा कि इस पवित्र दिन को हमेशा याद करें, इसका प्रचार करें। मैंने एक और निवेदन किया है, ये इतनी अच्छी जगह है, गुरुद्वारा का सिचुएशन इतना अच्छा है, देश की लोकसभा के इतनी बात है, तो शायद इसका संदेश मेंबर ऑफ पार्लियामेंट्स को, संसद सदस्यों को आपके मार्ग पर जाए, ये मेरी इच्छा है। नंगल च होए विश्व हिंदू परिषद के आगू विकास बग्गा के कतल मामले च सुरक्षा एजेंसियां ने जांच के दायरे नूं होर वधा दिता है। अज NIA की टीम कतल मामले च फड़े गए कथित दोषियों नूं घटना वाली थां ते लैके पहुंची, जिथे घटना मौके का पूरा क्राइम सीन क्रिएट करके तफ्तीश की गई। इस मौके थाना नंगल की पुलिस भी NIA की टीम के नाल मौजूद सी। दस दईए कि 13 अप्रैल की शाम नूं विकास बग्गा का उन्होंने कन्फेक्शनरी शॉप से कतल कर दिता गया सी। जांच दौरान विकास बग्गा दे कतल दे तार पाकिस्तान तो लैके पुर्तगाल तक जुड़े हुए पाए गए सन, जिथों की दोषियों नूं उस नूं मारन दी फिरौती मिली सी। ये अपना रेलवे रोड असी आए हाँ, जिथे विकास बग्गा जी का मर्डर होया, NIA दी टीम आई सी, वो अपनी तफ्तीश कर रहे हैं, तफ्तीश जारी है। जलंधर कमिश्नरेट पुलिस अते CIA स्टाफ दी पुलिस ने जबरन वसूली दे मामले च लंडा गैंग दे 3 नौजवानों नूं काबू कीता है। पुलिस कमिश्नर स्वपन शर्मा ने दस्या है कि दोषियों नूं विरोधी गिरोह दे मैंबरां नूं खत्म करन लई विदेश च बैठे हैंडलर वलों काम सौंपया गया सी। उन्होंने अगे दस्या कि यह लोग सरहद पार हथियारां अते नशे की तस्करी समेत 35 वख-वख अपराधिक मामलों में शामिल सन। स्वपन शर्मा ने दस्या है कि मुलजमान खिलाफ गैर कानूनी गतिविधियां रोकू एक्ट UAPA के तहत केस दर्ज करके अगली जांच की जा रही है। 3 तारीख ਨੂੰ ਜਿਹੜੀ ਜਲੰਧਰ ਇੱਕ ਇੰਡਸਟਰੀਜ਼ ਨੂੰ ਐਕਸਟ੍ਰੈਕਸ਼ਨ ਕਾਲ ਆਈ ਸੀਗੀ, ਉਹ ਆਈਡੈਂਟੀਫਾਈ ਹੋ ਗਈ ਸੀਗੀ। ਉਹ ਲਖਵੀਰ ਲੰਡਾ ਨੋਨ ਜਿਹੜਾ ਟੈਰਰਿਸਟ ਹੈ, ਉਹਦੀ ਵੌਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀਗੀ। ਇੱਕ ਕੇਸ ਟਰੇਸ ਕਰ ਲਿਆ ਗਿਆ, ਜਿਨ ਲੋਕਾਂ ਨੇ ਐਕਸਟ੍ਰੈਕਸ਼ਨ ਕਾਲ ਕੀਤੀ ਵੀ ਸੀਗੀ ਅਤੇ ਫਾਇਰਿੰਗ ਕੀਤੀ ਸੀਗੀ, ਉਹ ਮਨੀਕਰਨ ਤੋਂ ਸਾਡੀ ਪੁਲਿਸ ਪਾਰਟੀ ਨੇ ਫੜ ਲਏ। 3 ਵਿਅਕਤੀ ਗ੍ਰਿਫਤਾਰ ਹੈ, ਇਹਨਾਂ ਦਾ ਕ੍ਰਿਮੀਨਲ ਬੈਕਗਰਾਊਂਡ ਹੈ। 3 ਜਿਹੜੇ ਵਿਅਕਤੀ ਹੈ ਇਹ 35 ਮੁਕੱਦਮੇ ਦਰਜ ਹਨ, ਅਤੇ ਗੁਰਪ੍ਰੀਤ 4 ਮੁਕੱਦਮੇ, ਤਰਨ ਤਾਰਨ ਦਾ ਰਹਿਣ ਵਾਲਾ ਹੈ, ਇੱਕ ਭੁਪਿੰਦਰ ਹੈ ਹੁਸ਼ਿਆਰਪੁਰ ਦਾ ਰਹਿਣ ਵਾਲਾ, 23 ਮੁਕੱਦਮੇ 23 ਮੁਕੱਦਮੇ ਅਫੇਅਰਸ ਅਗੇਂਸਟ ਹਿਮ, ਆਰਮਡ ਡਕੈਟੀ ਮਰਡਰ ਅਟੈਂਪਟ ਟੂ ਮਰਡਰ। ਅਤੇ 3 ਹੈ ਜਗਰੂਪ ਸਿੰਘ, ਇਹ ਵੀ ਤਰਨ ਤਾਰਨ ਦਾ ਰਹਿਣ ਵਾਲਾ ਹੈ, 8 ਪਰਚੇ ਦੇ ਉੱਤੇ ਦਰਜ ਹੈ। ਇੱਕ ਹੋਰ ਵਿਅਕਤੀ ਆਈਡੈਂਟੀਫਾਈ ਹੋਇਆ ਹੈ ਜਿਹੜਾ ਯਾਦਵਿੰਦਰ ਹੈ, ਇਹ ਵੀ ਤਰਨ ਤਾਰਨ ਦਾ ਰਹਿਣ ਵਾਲਾ ਹੈ, ਜਿਹੜਾ ਟਾਰਗੇਟ ਚੂਜ਼ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ। ਇਸ ਸਾਡੀ ਪ੍ਰਿਲਿਮਨਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ 'ਚ ਆਈ ਹੈ, ਯਾਦਵਿੰਦਰ ਅਤੇ ਲੰਡਾ ਅਬਰੋਡ ਇਕੱਠੇ ਰਹਿ ਰਹੇ, ਅਤੇ ਇਹਨਾਂ ਦੀ ਅਰੈਸਟ ਤੋਂ 4-5 ਹੋਰ ਮੁਕੱਦਮੇ ਅਨਟਰੇਸਡ ਬਾਕੀ ਜ਼ਿਲ੍ਹਿਆਂ ਦੇ, ਮਾਝੇ ਦੇ ਜ਼ਿਆਦਾਤਰ, ਉਹ ਵੀ ਟਰੇਸ ਹੋ ਗਏ। ਚੋਲਾ ਸਾਹਿਬ 'ਚ ਜਿਹੜੀ ਗੋਲੀ ਚੱਲੀ ਸੀਗੀ ਰੂਪ ਫੈਸ਼ਨ 'ਚ, ਉਹ ਵੀ ਇਹਨਾਂ ਨੇ ਐਗਜ਼ੀਕਿਊਟ ਕੀਤੀ ਸੀ। ਹਾਈਕੋਰਟ ਦੇ ਹੁਕਮਾਂ ਅਨੁਸਾਰ ਨੰਗਲ ਅਤੇ ਨਵਾਂ ਨੰਗਲ 'ਚ ਪੈਂਦੀ PNFC ਕਲੋਨੀ ਦੇ ਮਕਾਨਾਂ ਨੂੰ ਖਾਲੀ ਕਰਵਾਉਣ ਲਈ ਸਰਕਾਰੀ ਲਿਕਵੀਡੇਟਰ ਭਾਰੀ ਪੁਲਿਸ ਬੋਲ ਤਹਿਤ
ਉੱਥੇ ਪਹੁੰਚੇ। ਇਸ ਦੌਰਾਨ ਲੋਕਾਂ ਨੇ ਆਪਣੀ ਮਜਬੂਰੀ ਦੱਸੀ ਅਤੇ ਮਕਾਨ ਖਾਲੀ ਕਰਨ ਲਈ ਸਮਾਂ ਮੰਗਿਆ, ਜਿਸ ਤੇ ਕਲੋਨੀ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਹੋਰ ਵਾਧੂ ਸਮਾਂ ਦਿੰਦੇ ਹੋਏ 15 ਦਿਨਾਂ ਦੇ ਅੰਦਰ ਮਕਾਨ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਮਕਾਨਾਂ ਵਿੱਚ ਰਹਿ ਰਹੇ ਪਰਿਵਾਰਾਂ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਆਸਰਾ ਨਹੀਂ ਮਿਲਦਾ, ਉਹ ਕਿੱਥੇ ਜਾਣ। ਉਧਰ ਸਰਕਾਰੀ ਲਿਕੁਇਡੇਟਰ ਅਨੁਪਮ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਤੇ ਕਲੋਨੀ ਖਾਲੀ ਕਰਨ ਦੇ ਆਦੇਸ਼ ਆਏ ਨੇ ਤੇ ਉਸ ਦੇ ਤਹਿਤ ਹੀ ਉਹ ਇੱਥੇ ਪੁੱਜੇ ਨੇ, ਪਰ ਇਹਨਾਂ ਲੋਕਾਂ ਦੀ ਅਪੀਲ ਤੇ ਉਹਨਾਂ ਨੇ ਮਕਾਨ ਖਾਲੀ ਕਰਨ ਲਈ 15 ਦਿਨਾਂ ਦਾ ਹੋਰ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਿਟਡ ਨਾਂ ਦੀ ਇੱਕ ਕੰਪਨੀ 1991 ਵਿੱਚ ਬੰਦ ਹੋ ਗਈ ਸੀ। ਜਾਂ ਜੋ ਵਰਕਰ ਰਹਿਣੇ ਵਾਲੇ ਵਰਕਰ ਹੈ ਉਹਨੇ 25 ਤਾਰੀਖ ਤੱਕ ਦਾ ਸਮਾਂ ਲਿਆ ਹੈ ਖਾਲੀ ਕਰਨੇ ਕਾ। 25 ਕੋ ਇਸ ਯਹਾਂ ਜੋ ਪ੍ਰਮਿਸਿਸ ਹੈ ਜਿਸ ਜਾਂ ਜੋ ਇਲੀਗਲ ਰਹਿ ਰਹੇ ਹੈ ਵਰਕਰਸ, ਉਹ ਖਾਲੀ ਕਰਿਆ ਜਾਏਗਾ ਔਰ ਇਹ ਸਭ ਕੋਰਟ ਹਾਈ ਕੋਰਟ ਕੇ ਆਦੇਸ਼ ਤੇ ਕੀਆ ਜਾ ਰਿਹਾ ਹੈ। ਪ੍ਰੋਬਲਮ ਇਹ ਹੈ ਵੀ ਤੁਹਾਡਾ, ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਤੁਸੀਂ ਸਾਡਾ ਇੱਥੇ ਦੁੱਖ ਸੁਣਨ ਆਏ। ਅਸੀਂ 1999 ਤੋਂ ਇੱਥੇ ਰਹਿ ਰਹੇ ਤੇ ਫੈਕਟਰੀ ਬੰਦ ਹੋ ਗਈ, ਕਿਸੇ ਕੋਲ ਕੋਈ ਆਸਰਾ ਨਹੀਂ ਤਾ। ਥੋੜ੍ਹੇ ਸਮੇਂ 'ਤੇ ਇੱਦਾਂ ਚੱਲਿਆ ਵਾ ਜੀ ਪ੍ਰੋਸੈਸ ਵੀ, ਚਲੋ ਕੋਰਟ ਨੇ ਕੋਈ ਔਡਰ ਕੀਤੇ ਵੀ ਇਹ ਖਾਲੀ ਕਰਾਉਣਾ, ਫੈਕਟਰੀ PNFC ਜੀ ਨਵਾਂ ਨੰਗਲ, ਔਰ ਸਾਰੇ ਲੋਕ ਇਨ ਬਿਨ ਕੋਰਟ ਦੇ ਹੁਕਮਾਂ ਨੂੰ ਕੌਣ ਨਹੀਂ ਮੰਨਦਾ ਜੀ, ਬਿਲਕੁਲ ਮੰਨਦੇ। ਪਰ ਚਾਹੇ ਉਹਨੂੰ ਤਰਸ ਦੇ ਆਧਾਰ 'ਤੇ ਕਹਿ ਦਈਏ, ਕਿਸੇ ਵੀ ਇਨਸਾਨੀਅਤ ਤੌਰ 'ਤੇ ਕਹਿ ਦਈਏ, ਅਸੀਂ ਕਿ ਰਹਿ ਮੰਗਿਆ ਵੀ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ ਤਾਂ ਕਿ ਅਸੀਂ ਆਪਣਾ ਆਪਣਾ ਜਿਹੜਾ ਹੈਗਾ ਕੋਈ ਨਾ ਕੋਈ ਹਾਲ ਹੀਲਾ ਕਰ ਲਈਏ। ਉਹ ਅਸੀਂ ਮੰਗਦੇ ਵੀ ਸਾਨੂੰ 31 ਦਸੰਬਰ ਤੱਕ ਦਾ ਟਾਈਮ ਦੇ ਦਿੱਤਾ ਜਾਵੇ, ਵੀ ਅਸੀਂ 31 ਦਸੰਬਰ ਤੱਕ ਬਿਲਕੁਲ ਖਾਲੀ ਦੇ ਦੇਵਾਂਗੇ। ਈਵਨ ਇੱਥੇ ਐਫੀਡੈਵਿਟ ਵੀ ਅਸੀਂ ਨਾ ਜੀ ਦੇ ਚੁੱਕੇ ਵੇ ਹਾਂ ਵਕੀਲ ਸਾਹਿਬ ਕੋਲ, ਵੀ ਆ ਤੁਸੀਂ ਸਾਡੇ ਥਰੂ ਕੋਰਟ 'ਚ ਪਜਾ ਦਿਓ ਵੀ ਆਹ ਸਾਡੇ ਐਫੀਡੈਵਿਟ ਪਏ ਹੈ। ਐਫੀਡੈਵਿਟ ਮਤਲਬ ਸਾਡੀ ਹੱਥ ਲਿਖਤ ਹੋ ਗਈ ਵੀ ਅਸੀਂ ਬਾਅਦ ਇਹ ਤੋਂ ਬਾਅਦ ਤੁਹਾਨੂੰ ਇੱਥੇ ਨਹੀਂ ਰਵਾਂਗੇ, ਅਸੀਂ ਖਾਲੀ ਕਰ ਦੇਵਾਂਗੇ। ਸਾਨੂੰ ਇੱਕ ਸਾਡਾ ਪੈਸਾ ਮਿਲ ਜਾਂਦਾ, ਦੂਜਾ ਅਸੀਂ ਆਪਣਾ ਕੋਈ ਨਾ ਕੋਈ ਜੋ ਵੀ ਹੱਲ ਹੈ ਅਸੀਂ ਕਰ ਲਈਏ। ਇੱਦਾਂ ਦੇ ਪਰਿਵਾਰ ਹੈਗੇ ਸਰ ਵਿੱਚ ਜਿਨ੍ਹਾਂ ਦੇ ਕੋਲ ਇਸ ਟਾਈਮ ਕੋਈ ਵੀ ਘਰ ਨਹੀਂ ਹੈ। ਕਪੂਰਥਲਾ ਦੇ ਪਿੰਡ ਨਾਰੰਗਪੁਰ ਦੇ ਅਮਰੀਕਾ 'ਚ ਰਹਿੰਦੇ ਪਰਿਵਾਰ ਦੇ ਆਪਸੀ ਘਰੇਲੂ ਵਿਵਾਦ ਵਿੱਚ ਭਰਾ ਨੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਵਿੱਚ ਵਿਚਾਲੇ ਆਈ ਮਾਂ ਦੇ ਵੀ ਗੋਲੀ ਲੱਗ ਗਈ, ਜਿਸ ਤੋਂ ਬਾਅਦ ਕਥਿਤ ਦੋਸ਼ੀ ਨੇ ਘਰ ਤੋਂ ਬਾਹਰ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਦੋਨਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜ਼ਖਮੀ ਮਾਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਿਛਲੇ 40 ਸਾਲ ਤੋਂ ਅਮਰੀਕਾ ਰਹਿ ਰਹੇ ਭੁਪਿੰਦਰ ਸਿੰਘ ਦਾ ਵੱਡਾ ਲੜਕਾ ਕਰਮਜੀਤ ਮੁਲਤਾਨੀ ਜਦੋਂ ਅਮਰੀਕਾ ਵਿਖੇ ਆਪਣੇ ਘਰ ਆਇਆ ਤਾਂ ਉਸਨੇ ਕਮਰੇ 'ਚ ਸੌਂ ਰਹੇ ਆਪਣੇ ਛੋਟੇ ਭਰਾ 'ਤੇ ਹੀ ਗੋਲੀ ਚਲਾ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਉਸਦੇ ਮਾਂ ਪਿਓ ਜਦੋਂ ਬਚਾਅ ਕਰਨ ਲਈ ਆਏ ਤਾਂ ਇਸ ਇੱਕ ਗੋਲੀ ਉਸਦੀ ਮਾਂ ਦੇ ਵਿੱਚ ਆ ਲੱਗੀ, ਜਿਸ ਤੋਂ ਬਾਅਦ ਕਥਿਤ ਦੋਸ਼ੀ ਕਰਮਜੀਤ ਨੇ ਘਰ ਤੋਂ ਥੋੜ੍ਹੀ ਦੂਰ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਫਿਲਹਾਲ ਅਮਰੀਕਾ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ 'ਚ ਸੋਗ ਦੀ ਲਹਿਰ ਹੈ। ਇਹ ਮੇਰੇ ਤਾਇਆ ਜੀ ਦਾ ਬੇਟਾ ਸੀ ਸਰਦਾਰ ਭੁਪਿੰਦਰ ਸਿੰਘ, ਪਿਛਲੇ ਤਕਰੀਬਨ 40 ਸਾਲ ਤੋਂ ਉੱਥੇ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ। ਉਹਨਾਂ ਦੇ 2 ਲੜਕੇ ਸੀ, ਵੱਡਾ ਕਰਮਜੀਤ ਅਤੇ ਛੋਟਾ ਸੀ ਵਿਪਨ ਮੁੰਡਾ। ਜਿਹੜਾ ਕਰਮਜੀਤ ਸੀ ਉਹ ਵਿਆਹਿਆ ਹੋਇਆ ਸੀ, ਉਹਦੇ 3 ਬੱਚੇ ਸੀ ਅੱਗੋਂ। ਘਰ ਵਿੱਚ ਪਤਾ ਨਹੀਂ ਕੀ ਗੱਲ, ਕੋਈ ਛੋਟੀ ਮੋਟੀ ਹੋਈ, ਕੀ ਗੱਲ ਹੋਈ ਇਸ ਬਾਰੇ ਤਾਂ ਨਹੀਂ ਪਤਾ ਜੇ ਲੱਗਾ। ਅਤੇ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਇੱਕ ਦਰਦਨਾਕ ਘਟਨਾ ਵਾਪਰੀ, ਜਿਹੜੀ ਕਰਮਜੀਤ ਜਿਹੜਾ ਭੁਪਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ, ਆਣ ਕੇ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ, ਉਹ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇੰਨੀ ਦੇਰ ਨੂੰ ਹੁਣ ਤਾਂ ਡੈਡੀ ਭੁਪਿੰਦਰ ਸਿੰਘ ਵੀ ਉੱਠ ਪਿਆ, ਮਦਰ ਵੀ ਉੱਠ ਪਈ, ਕਿਸੇ ਤਰੀਕੇ ਉਹਨੂੰ ਫੜ ਫੁੜ ਕੇ ਉਹਨੂੰ ਬਾਹਰ ਕੱਢਿਆ। ਬਾਹਰ ਜਾ ਕੇ ਇੰਨੀ ਦੇਰ ਨੂੰ ਫਿਰ ਉੱਥੇ ਪੁਲਿਸ ਵੀ ਆ ਗਈ, ਐਂਬੂਲੈਂਸ ਆ ਗਈ, ਪੁਲਿਸ ਨੂੰ ਵੇਖ ਕੇ ਉਹ ਦੌੜਿਆ ਅਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ, ਦੋਨਾਂ ਦੀ ਮੌਤ ਹੋ ਗਈ। ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ, ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ 'ਚ, ਸਾਡਾ ਪੂਰਾ ਇਲਾਕਾ, ਪੂਰਾ ਨਗਰ ਜਿਹੜਾ ਅੱਜ ਸੋਗ ਦੇ ਵਿੱਚ ਡੁੱਬਿਆ ਪਿਆ। ਸਾਡੇ ਪਰਿਵਾਰ ਸਾਰੇ ਉੱਥੇ ਅਮਰੀਕਾ ਵਿੱਚ ਵੀ ਰਹਿ ਰਹੇ ਨੇ, ਉਹ ਵੀ ਪੂਰੇ ਸੋਗ 'ਚ ਡੁੱਬੇ ਪਏ ਨੇ। ਘਟਨਾ ਬਹੁਤ ਮੰਦਭਾਗੀ ਹੋਈ। ਬੀਤੇ ਸਮੇਂ 'ਚ ਜਲੰਧਰ ਵਿਖੇ ਵਾਪਰੇ ਦੋਹਰੇ ਕਤਲਕਾਂਡ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 4 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਜਦਕਿ ਕਤਲ ਦੇ ਮਾਮਲੇ 'ਚ ਨਾਮਜ਼ਦ 3 ਮੁਲਜ਼ਮ ਹਾਲੇ ਵੀ ਫਰਾਰ ਨੇ। ਜਲੰਧਰ ਦਿਹਾਤੀ ਦੇ SSP ਅੰਕੁਰ ਗੁਪਤਾ ਨੇ ਦੱਸਿਆ ਕਿ 26 ਤਰੀਕ ਦੀ ਰਾਤ ਨੂੰ ਹੋਏ ਕਤਲ ਦੇ ਮਾਮਲੇ ਨੂੰ CCTV ਕੈਮਰਿਆਂ ਅਤੇ ਮਨੁੱਖੀ ਵਸੀਲਿਆਂ ਦੀ ਮਦਦ ਨਾਲ ਟਰੇਸ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਕੀ ਦੇ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। 27 ਮਈ 2024 ਨੂੰ ਬਿਧੀਪੁਰ ਫਾਟਕ ਨੇੜੇ ਸਾਨੂੰ ਇੱਕ ਡੈੱਡ ਬੋਡੀ ਮਿਲੀ ਸੀ ਅਤੇ ਨਾਲ ਹੀ ਉਹਦੇ ਇੱਕ ਸਾਥੀ ਦੀ ਕਾਫੀ ਸੀਰੀਅਸ ਕੰਡੀਸ਼ਨ ਵਿੱਚ ਬੋਡੀ ਮਿਲੀ, ਉਹਨੂੰ ਅਸੀਂ ਦਾਖਲ ਕਰਾਇਆ। ਅਨਫੋਰਚੁਨੇਟਲੀ ਉਹਦੀ ਵੀ ਡੈਥ ਹੋ ਗਈ। ਸੋ ਡਬਲ ਮਰਡਰ ਸੀਗਾ, ਬਲਾਈਂਡ ਮਰਡਰ ਸੀ। ਇਮੀਡੀਏਟਲੀ ਸਾਡੀਆਂ ਟੀਮਾਂ ਅਸੀਂ ਐਕਟਿਵ ਕੀਤੀਆਂ, ਪ੍ਰੈਸ ਕੀਤੀਆਂ ਐਕਸ਼ਨ ਦੇ ਵਿੱਚ, ਅਤੇ SP ਇਨਵੈਸਟੀਗੇਸ਼ਨ, DSP ਇਨਵੈਸਟੀਗੇਸ਼ਨ ਨਾਲ SHO ਮਕਸੂਦਾ ਅਤੇ ਇੰਚਾਰਜ CIM ਸਪੈਸ਼ਲ ਬ੍ਰਾਂਚ, ਸਾਰਿਆਂ ਦੀਆਂ ਵੱਖ ਵੱਖ ਟੀਮਾਂ ਅਸੀਂ ਤੋਰੀਆਂ, CCTV ਫੁਟੇਜਸ ਚੈੱਕ ਕੀਤੀਆਂ, ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੇ ਸੋਰਸਿਸ ਅਸੀਂ ਆਪਣੇ ਐਕਟਿਵ ਕੀਤੇ। ਉਹਦੇ ਆਧਾਰ 'ਤੇ ਅਸੀਂ ਇਸ ਮਰਡਰ, ਡਬਲ ਮਰਡਰ ਦੇ ਵਿੱਚ ਇਨਵੋਲਵ ਜਿਹੜੇ 4 ਬੰਦੇ ਸੀ ਉਹਨਾਂ ਨੂੰ ਅਰੈਸਟ ਕਰ ਲਏ। ਨਾਲ ਹੀ ਜਿਹੜੇ 3 ਬੰਦੇ ਆ ਉਹਨਾਂ ਦਾ ਵੀ ਸਾਨੂੰ ਪਤਾ ਚੱਲ ਗਿਆ ਬਾਈ ਨੇਮ, ਅਤੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਜਲਦੀ ਹੀ ਰਾਊਂਡ ਅਪ ਕਰ ਲਾਂਗੇ। ਸਾਡਾ ਜਿਹੜਾ ਇਹ ਡਬਲ ਮਰਡਰ ਸਾਡੇ ਲਈ ਚੈਲੰਜ ਬਣਿਆ ਹੋਇਆ ਸੀ ਉਹਨੂੰ ਅਸੀਂ ਅੱਜ ਟਰੇਸ ਕਰ ਲਿਆ। ਬਲਾਕ ਚੌਗਾਵਾਂ ਦੇ ਅਧੀਨ ਆਉਂਦੇ ਪਿੰਡ ਠੱਠਾ ਦੀ ਪੰਚਾਇਤੀ ਜ਼ਮੀਨ ਉੱਪਰ ਲੋਕਾਂ ਵੱਲੋਂ ਕੀਤੀ ਜਾ ਰਹੀ ਉਸਾਰੀ ਨੂੰ BDPO ਚੌਗਾਵਾਂ ਗੁਰਮੀਤ ਸਿੰਘ ਚਾਹਲ ਨੇ ਮੌਕੇ 'ਤੇ ਪਹੁੰਚ ਕੇ ਰੁਕਵਾ ਦਿੱਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਪਿੰਡ ਠੱਠਾ ਦੇ ਕਰੀਬ 67 ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਗਏ ਸੀ, ਜਿਸ ਦੀਆਂ ਸੰਦਾਂ ਵੀ ਉਹਨਾਂ ਦੇ ਕੋਲ ਹਨ। ਇਸੇ ਕਰਕੇ ਉਹ ਆਪਣੀ ਜ਼ਮੀਨ 'ਤੇ ਉਸਾਰੀ ਦਾ ਕੰਮ ਕਰ ਰਹੇ ਨੇ, ਜਦਕਿ BDPO ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦਾ ਕੇਸ ਮਾਣਯੋਗ ਹਾਈਕੋਰਟ ਵਿੱਚ ਚੱਲ ਰਿਹਾ। ਜਦੋਂ ਤੱਕ ਮਾਣਯੋਗ ਹਾਈਕੋਰਟ ਤੋਂ ਇਸ ਕੇਸ ਵਿੱਚ ਕੋਈ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਇਸ ਜ਼ਮੀਨ 'ਤੇ ਕਿਸੇ ਵੀ ਕਿਸਮ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਉਸਾਰੀ ਦਾ ਕੰਮ ਕੀਤਾ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇੱਦਾਂ ਦੇ ਮਾਣਯੋਗ ਹਾਈਕੋਰਟ ਚੱਲਣ ਡਿਆ, ਇਹਨਾਂ ਨੂੰ ਦੇਖਿਆ ਕਿ ਇਹਨਾਂ ਕੋਰਟ ਆਫ ਕਲੇਮ ਇਲੈਕਸ਼ਨ ਦੌਰਾਨ ਜਿਹੜਾ ਨਜਾਇਜ਼ ਉਸਾਰੀ ਕੀਤੀ ਆ, ਇਹਨਾਂ ਨੂੰ ਸਮਝਾਇਆ ਕਿ ਮਾਣਯੋਗ ਹਾਈਕੋਰਟ ਦੇ ਕੋਈ ਵੀ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ। ਇਹ ਥਾਂ 2.5 ਕਿੱਲੇ ਆ ਜੀ। ਇਹ ਮਸਲਾ ਪੁਰਾਣਾ ਚੱਲਦਾ ਆ ਰਿਹਾ ਜੀ। ਇਹਦਾ ਇਹਨਾਂ ਵਿੱਚ ਹਾਈਕੋਰਟ ਗਿਆ ਸੀ ਮੁਖਤਾਰ ਸਿੰਘ, ਅਤੇ ਹਾਈਕੋਰਟ ਨੇ ਸਾਡੇ ਡਿਪਾਰਟਮੈਂਟ ਦੇ FC ਸਾਹਿਬ ਨੂੰ ਫੈਸਲਾ ਕਰਨ ਵਾਸਤੇ ਕਿਹਾ, ਅਤੇ ਇਹਨਾਂ ਨੂੰ ਅੱਜ ਤੋਂ ਇਲੈਕਸ਼ਨ ਤੋਂ ਪਹਿਲਾਂ ਉਹੀ ਆਏ ਅਤੇ ਇਹਨਾਂ ਨੂੰ ਕਿਹਾ ਕੋਈ ਵੀ ਨਜਾਇਜ਼ ਸਾੜੀਆਂ ਕਰੋ, ਮੈਂ ਹੁਕਮਾਂ ਦੀ ਵੇਟ ਕਰੋ, ਪਰ ਇਹਨਾਂ ਜਿਹੜਾ ਕੋਈ ਵੀ ਜਿਹੜਾ ਹੁਕਮਾਂ ਦੀ ਵੇਟ ਨਹੀਂ ਕੀਤੀ, ਅਤੇ ਚੋਣ ਜਾਬਤੇ ਜਾ ਤੇ ਇਹਨਾਂ ਸਮੇਂ ਦੌਰਾਨ ਜਿਹੜੀ 4-5 ਦਿਨ 'ਚ ਉਸਾਰੀ ਕੀਤੀ ਹੈ ਨਜਾਇਜ਼ ਸਾਰੀ। ਇਹ ਆਪਾਂ ਡਿਪਾਰਟਮੈਂਟ ਨੂੰ ਸਾਰੀ ਬਣਾ ਕੇ ਲੇਖਾ ਪੜ੍ਹੀ ਕਰਕੇ ਡਿਪਾਰਟਮੈਂਟ ਲਿਖ ਦਿੰਦਾ ਜੀ। ਵਾਰਨਿੰਗ ਇਹੋ ਦੇ ਕੇ ਗਏ ਵੀ ਰੁਕ ਜਾਓ, ਅਜੇ ਨਾ ਵੜੋ, ਸਾਨੂੰ ਸਰਕਾਰ ਨੇ ਕੱਟ ਕੇ ਦਿੱਤੇ ਆ, ਸਾਡੇ ਕੋਲ ਸੰਦਾਂ ਨੇ, ਜਿਹਟੀਆਂ ਨੇ, ਤਾਂ ਦੇ ਵੱਲਦੇ ਹੀ ਵੱਲਦੇ ਆ। 67 ਪਲਾਟ ਆ ਜੀ। ਮੋਗਾ ਦੇ ਪਿੰਡ ਭਲੂਰ 'ਚ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਪਿੰਡ ਵਿੱਚ ਪਿਛਲੇ ਕਰੀਬ 10 ਮਹੀਨਿਆਂ ਦੇ ਵਿੱਚ 10 ਤੋਂ 12 ਨੌਜਵਾਨ ਚਿੱਟੇ ਦੀ ਭੇਂਟ ਚੜ ਗਏ। ਬੀਤੇ 2 ਦਿਨਾਂ ਵਿੱਚ ਚਿੱਟਾ 2 ਨੌਜਵਾਨਾਂ ਨੂੰ ਖਾ ਗਿਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੂੰ ਪੁਲਿਸ ਗ੍ਰਿਫਤਾਰ ਤਾਂ ਕਰ ਲੈਂਦੀ ਹੈ, ਪਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਦੁੱਗਣੀ ਰਫ਼ਤਾਰ ਨਾਲ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਜਾਂਦੇ ਨੇ।
ਪਿੰਡ ਦੇ ਸਰਪੰਚ ਅਤੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਹੈ ਕਿ ਪਿੰਡ ਵਿੱਚੋਂ ਚਿੱਟੇ ਦੇ ਨਸ਼ੇ ਨੂੰ ਪੂਰਨ ਤੌਰ ਵਿੱਚ ਬੰਦ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾਵੇ। ਬਹੁਤ ਮਾੜੀ ਗੱਲ ਹੈ ਜੀ, ਜਿਹੜਾ ਨਸ਼ੇ ਦਾ ਰੁਝਾਨ ਆ ਉਹ ਪਿੰਡ 'ਚ ਸਾਡੇ ਇਲਾਕੇ 'ਚ, ਮੈਂ ਤਾਂ ਕਹਿੰਦਾ ਸਾਡੇ ਦੂਰ ਦੁਰਾਡੇ ਤੱਕ ਹੈ ਜੀ, ਬਹੁਤ ਜ਼ਿਆਦਾ ਆ। ਇਹ ਮੁੰਡਾ ਜਿਹੜਾ ਕੁਲਦੀਪ ਸਿੰਘ ਹੈ ਔਰ ਫਲਾਲਾ, ਬਹੁਤ ਸੋਹਣਾ ਕਬੱਡੀ ਖਿਡਾਰੀ ਸੀਗਾ, 39 ਸਾਲ ਦੀ ਇਹਦੀ ਉਮਰ ਹੈ। ਵਿਚਾਰੇ ਦਾ ਮਾੜੀ ਸੰਗਤ 'ਚ ਪੈਣ ਕਰਕੇ ਇਹਨੇ ਆਪਦਾ ਘਰ ਬਾਰ ਵੀ ਉੱਜੜ ਗਿਆ, ਕਿਉਂਕਿ ਜਦੋਂ ਘਰ ਦੇ ਰੋਕਦੇ ਸੀ ਵੀ ਤੂੰ ਨਾ ਇਹਨਾਂ ਕੰਮਾਂ ਤੋਂ ਹਟ ਜਾ, ਇਹ ਨੌਜਵਾਨ ਹਟਿਆ ਨਹੀਂ। ਬਹੁਤ ਸੋਹਣਾ ਮੁੰਡਾ ਸੀਗਾ, ਪਤਾ ਨਹੀਂ ਕਿਹੜੇ ਕਰਕੇ ਇਹਨਾਂ ਕੰਮਾਂ 'ਚ ਪੈ ਗਿਆ। ਸਿੰਘਾਪੁਰ ਇਹ ਜਾ ਕੇ ਆਇਆ, ਉੱਥੇ ਵੀ ਕੰਮ ਕਾਰ ਵਧੀਆ ਕਰਦਾ ਸੀ, ਕਬੱਡੀ ਖੇਡਦਾ ਸੀ ਅਤੇ ਟੂਰਨਾਮੈਂਟ 'ਤੇ ਅਸੀਂ ਸਨਮਾਨਿਤ ਕਰਦੇ ਰਹੇ। ਵਿਦੇਸ਼ਾਂ 'ਚ ਵੀ ਕਬੱਡੀ ਖੇਡੀ, ਖੇਡ ਖੇਡਦਾ ਰਿਹਾ ਜੀ ਮੁੰਡਾ। ਪੁਲਿਸ ਦੀ ਕੁਛ ਕਰਦੀ ਪਤਾ ਲੱਗਦਾ ਕਿ ਪੁਲਿਸ ਚੱਕ ਲੈਂਦੀ, ਪਰਚਾ ਕਰਦੀ? ਪੁਲਿਸ ਕਰਦੀ ਹੈ ਜੀ, ਉਨਾ ਕੁ ਕਰਦੇ ਆ। ਮੰਨ ਲਓ ਹੁਣ ਕਿਸੇ ਮੁੰਡੇ ਦੀ ਮੌਤ ਹੋ ਗਈ, ਜੇ ਘਰ ਵਾਲੇ ਨੇ ਕਹਿਤਾ ਵੀ ਇਸ ਬੰਦੇ ਤੋਂ ਲਿਆਂਦਾ, ਬਾਈ ਨੇਮ ਕਿਸੇ ਨੇ ਬੋਲਤਾ, ਉਹਦੇ ਖਿਲਾਫ਼ ਕੋਈ ਪਰਚਾ ਛੋਟਾ ਮੋਟਾ ਦਰਜ ਕਰ ਦਿੰਦੇ, ਮੁੜ ਕੇ ਉਹ ਬੰਦੇ ਫੇਰ ਆ ਜਾਂਦੇ ਆ। ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਰਾਤ ਨੂੰ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਕੋਲੋਂ ਬੁਲੈਰੋ ਪਿਕਅਪ ਅਤੇ ਰੇਕੀ ਕਰਨ ਲਈ ਇਸਤੇਮਾਲ ਕੀਤੇ ਗਏ ਮੋਟਰਸਾਈਕਲ ਅਤੇ 65,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ ਅਤੇ ਪੁੱਛਗਿੱਛ ਦੌਰਾਨ ਇਹਨਾਂ ਕੋਲੋਂ ਹੋਰ ਵੀ ਮਾਮਲੇ ਟਰੇਸ ਹੋ ਸਕਦੇ ਨੇ। ਅਤੇ ਹੁਣ ਖ਼ਬਰ ਹੁਸ਼ਿਆਰਪੁਰ ਤੋਂ, ਜਿੱਥੋਂ ਦੇ ਪਿੰਡ ਸ਼ੇਰਪੁਰ ਗੁਲਿੰਡ ਵਿਖੇ ਚੋਰ ਇੱਕ ਘਰ ਵਿੱਚੋਂ 25 ਤੋਲੇ ਸੋਨਾ ਅਤੇ 90,000 ਦੀ ਨਕਦੀ ਸਮੇਤ ਕੁਝ ਵਿਦੇਸ਼ੀ ਕਰੰਸੀ ਅਤੇ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਘਟਨਾ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਘਰ ਦੇ ਸਾਰੇ ਮੈਂਬਰ ਵਿਹੜੇ ਵਿੱਚ ਸੁੱਤੇ ਹੋਏ ਸਨ, ਪਰ ਕਿਸੇ ਨੂੰ ਵੀ ਇਸ ਦੀ ਭਿਣਕ ਤੱਕ ਨਹੀਂ ਲੱਗੀ। ਚੋਰੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਅੱਧੀ ਰਾਤ ਨੂੰ ਪਰਿਵਾਰ ਦੇ ਮੈਂਬਰ ਅੰਦਰ ਜਾਣ ਲੱਗੇ ਤਾਂ ਸਾਰੇ ਕਮਰਿਆਂ ਦੇ ਦਰਵਾਜ਼ੇ ਅੰਦਰ ਤੋਂ ਬੰਦ ਸਨ। ਜਦੋਂ ਉਹਨਾਂ ਨੇ ਰੌਲਾ ਪਾਇਆ ਤਾਂ ਲੋਕਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਚੋਰ ਪਿਛਲੇ ਪਾਸਿਓਂ ਕੰਧ ਟੱਪ ਕੇ ਫਰਾਰ ਹੋ ਗਏ। ਫਿਲਹਾਲ ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਵਾਰਦਾਤ ਇਹ ਹੋਈ ਹੈ ਜੀ ਵੀ 11 ਵਜੇ ਅਸੀਂ ਆਏ ਗੁਰਦੁਆਰਾ ਸਾਹਿਬ ਤੋਂ, ਅਤੇ ਆਣ ਕੇ ਅਸੀਂ ਅੰਦਰੋਂ ਬਿਸਤਰੇ ਵੀ ਕੱਢੇ ਆ, ਦੁੱਧ ਵੀ ਪੀਤਾ, ਅਤੇ ਉਹ ਤੋਂ ਬਾਅਦ ਅਸੀਂ ਬਾਹਰ ਲੰਮੇ ਪੈ ਗਏ ਹਾਂ ਅਤੇ ਕਿਤੇ ਅੱਖ ਲੱਗ ਗਏ 1-2 ਘੰਟੇ। ਤਾਂ 2 ਵਜੇ ਉੱਠੇ ਤਾਂ ਸਾਨੂੰ ਅੰਦਰ ਐਂਟਰੀ ਨਹੀਂ ਮਿਲੀ, ਅੰਦਰੋਂ ਦਰਵਾਜ਼ੇ ਲੱਗੇ ਹੋਏ ਸੀ ਸਾਰੇ। ਅਤੇ ਉਹ ਤੋਂ ਬਾਅਦ ਅਸੀਂ ਆਲੇ ਦੁਆਲੇ ਟੈਲੀਫੋਨ ਕਰਕੇ ਬੰਦਿਆਂ ਨੂੰ ਲਿਆਂਦਾ ਸੱਦਿਆ, ਅਤੇ ਪੌੜੀ ਲਾ ਕੇ ਇੱਧਰ ਥੱਲੇ ਦੇਖਿਆ ਤਾਂ ਇੱਧਰ ਉਹ ਤਾਕੀ ਪੱਟੀ ਹੋਈ ਸੀ ਸਾਡੀ, ਅਤੇ ਇੱਥੋਂ ਦੇ ਅੰਦਰ ਵੜ ਕੇ ਅੰਦਰੋਂ ਲੋਕ ਜਿਹੜੇ ਖੋਲ੍ਹੇ, ਅਸੀਂ ਲੋਕ ਹੀ ਲਾਇਓ ਸੀ, ਕੁੰਡੀਆਂ ਲਾਈਆਂ ਸੀ ਚੰਗੀ ਤਰ੍ਹਾਂ, ਅਤੇ ਜਿਹੜੇ ਅਸੀਂ ਆਣ ਕੇ ਖੋਲ੍ਹੀਆਂ, ਖੋਲ੍ਹ ਕੇ ਅੰਦਰ ਦੇਖਿਆ ਤਾਂ ਸਾਰਾ ਕੁਛ ਫਰੋਲਿਆ ਹੋਇਆ ਸੀਗਾ ਜੀ। ਕਿੰਨਾ ਕੁ ਨੁਕਸਾਨ ਹੋਇਆ ਬਜ਼ੁਰਗ? ਨੁਕਸਾਨ ਤੁਸੀਂ ਦੇਖ ਲਓ ਵੀ 40 ਕੁ ਲੱਖ 50 ਲੱਖ ਤੇ ਗੇਟ 'ਚ ਹੋਣਾ ਹੀ ਆ ਜੀ ਸਾਰਾ। ਕੀ ਕੀ ਲੱਗੇ ਜੀ? ਗਹਿਣੇ ਗੱਟੇ ਲੈ ਗਏ ਸਾਰੇ ਜੀ, ਅਤੇ 90,000 ਨਗਦ ਸੀਗਾ, ਕੁਛ ਆ ਮੁੰਡੇ ਦੇ ਬਾਹਰੋਂ ਆਇਆ ਸੀਗਾ ਅਤੇ ਉਹਦੇ ਕੋਲ ਦਿਨਾਰ ਸੀਗੇ 20-25। ਗਹਿਣੇ 25 ਕੁ ਤੋਲੇ ਤੋਂ ਸਮਥਿੰਗ ਹੀ ਹੋਊਗੇ, ਵੱਧ ਹੀ ਹੋਣਗੇ, ਘੱਟ ਤਾਂ ਨਹੀਂ ਹੋਣਗੇ, ਇੰਨੇ ਕੁ ਅੰਦਾਜ਼ਾ ਹੀ ਅਸੀਂ ਲਿਖਾਇਆ ਜੀ ਵੀ ਹੁਣ ਕਿਹੜਾ ਇੰਨਾ ਚਿਰਾਂ ਚੇਤਾ। ਵਿਆਹ ਜਦੋਂ ਦੇ ਹੋਏ ਆ, ਵਹੁਟੀਆਂ ਦੇ ਘਰ ਦੇ ਆ ਸਾਡੇ, ਇੱਧਰੋਂ ਪੇਕਿਆਂ ਦੇ ਵੀ ਤਾਂ ਸਹੁਰਿਆਂ ਦੇ ਵੀ, ਸਾਰਾ ਕੁਛ ਸੈੱਟ ਸੁੱਟ ਜਿੰਨੇ ਸੀਗੇ ਸਾਰੇ ਇਹਨਾਂ ਕੋਲ ਸੀਗੇ, ਅੰਦਰ ਹੀ ਰੱਖੇ ਹੋਏ ਸੀਗੇ ਸਭ। ਸਾਰਾ ਹੀ ਇੱਕ ਨਿੱਕਾ ਨਿੱਕੇ ਪੈਸੇ ਦਾ ਨਹੀਂ, ਰੁਪਈਏ ਤੱਕ ਨਹੀਂ ਬਟੂਆਂ 'ਚ ਛੱਡਿਆ ਜੀ। ਹੁਸ਼ਿਆਰਪੁਰ ਦਸੂਹਾ ਰੋਡ 'ਤੇ ਪਿੰਡ ਦੇ ਪਿੰਡ ਸ਼ਹਾਬੂਦੀਨ ਵਿਖੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿੱਚ ਇੱਕ ਛੋਟੀ ਬੱਚੀ ਸਮੇਤ 3 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਹਰਿਆਣੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਅਤੇ ਅਚਾਨਕ ਹੀ ਉੱਥੇ ਇੱਧਰੋਂ ਪਿੰਡ ਸ਼ਹਾਬੋਦੀਨ ਦਾ ਲੜਕਾ ਸੀ ਜਿਹੜਾ ਮੋਟਰਸਾਈਕਲ 'ਤੇ ਸੀ ਸਵਾਰ, ਉਹਨਾਂ ਨਾਲ ਇਹਨਾਂ ਦਾ ਟਕਰਾਅ ਹੋਇਆ। ਇਹ ਹੁਣ ਮੌਕੇ 'ਤੇ ਇਹਨਾਂ ਦੀ ਮੌਤ ਹੋ ਗਈ ਆ। ਲੜਕੀ ਜਿਹੜੀ ਹੈ ਸੀਰੀਅਸ ਹੈ, ਉਹਨਾਂ ਦਾ ਜਵਾੜਾ ਪ੍ਰੈਸ਼ਰ ਹੋ ਗਿਆ ਅਤੇ ਬਾਅਦ ਵਿੱਚ ਇਹਨਾਂ ਨੂੰ ਬੰਦੇ ਆਏ, ਉਹਨਾਂ ਚੱਕਿਆ, ਚੱਕ ਕੇ ਭੁੰਗੇ ਪਹੁੰਚਾਇਆ। ਭੁੰਗੇ ਵਾਲਿਆਂ ਨੇ ਪ੍ਰੇਮ ਸਿੰਘ ਦੀ ਤਾਂ ਮੌਕੇ 'ਤੇ ਮੌਤ ਹੋ ਗਈ, ਉਹਨਾਂ ਨੇ ਭੁੰਗੇ ਵਾਲਿਆਂ ਚੱਕ ਕੇ ਹੁਸ਼ਿਆਰਪੁਰ ਲੜਕੀ ਨੂੰ ਅਤੇ ਦੋ ਤਿੰਨ ਨੂੰ ਹੁਸ਼ਿਆਰਪੁਰ ਸਰਕਾਰੀ ਹੋਸਪਿਟਲ ਆਪਣੇ ਰੈਫਰ ਕਰ ਦਿੱਤਾ ਅਤੇ ਬਾਕੀ ਸਰਕਾਰੀ ਵਾਲਿਆਂ ਨੂੰ ਚੱਕ ਕੇ ਹੁਣ ਲੜਕੀ ਨੂੰ ਰਮਨ ਹਸਪਤਾਲ ਹੋਸਪਿਟਲ ਉੱਥੇ ਦਾਖਲ ਕੀਤਾ ਹੈ। ਜਲੰਧਰ ਦੇ ਲੱਡੇਵਾਲੀ ਚੌਕ ਨੇੜੇ ਸਥਿਤ ਇੱਕ ਘਰ ਵਿੱਚ ਚਲਾਈ ਜਾ ਰਹੀ ਸੈਲੂਨ ਅਕੈਡਮੀ 'ਚ ਉਸ ਨੇ ਹਫੜਾ ਦਫੜੀ ਮੱਚ ਗਈ ਜਦੋਂ ਉਸਦੀ ਉੱਪਰਲੀ ਹਿੱਸੇ ਵਾਲੀ ਮੰਜ਼ਿਲ ਵਿੱਚ ਰੱਖੇ ਇਨਵਰਟਰ 'ਚ ਧਮਾਕਾ ਹੋਣ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ। ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਸ਼ਹੀਦੀ ਪੁਰਬ 'ਤੇ ਰੱਖੇ ਗਏ ਸਮਾਗਮਾਂ 'ਚ ਬਾਬਾ ਜੋਧਵੀਰ ਸਿੰਘ ਜੀ ਅਜਨਾਲੇ ਵਾਲਿਆਂ ਵੱਲੋਂ ਵੱਡੇ ਪੱਧਰ 'ਤੇ ਲੰਗਰਾਂ ਦੀ ਸੇਵਾ ਨਿਭਾਈ ਗਈ। ਇਸ ਮੌਕੇ ਲੰਗਰ ਦੀ ਸੇਵਾ ਲਈ ਉਹਨਾਂ ਦੇ ਨਾਲ ਅੰਮ੍ਰਿਤਸਰ ਦੀ ਸੰਗਤ ਵੀ ਪਹੁੰਚੀ। ਇਸ ਦੌਰਾਨ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਕਥਾਵਾਚਕ ਗਿਆਨੀ ਗਗਨਦੀਪ ਸਿੰਘ ਜੀ ਨੇ ਬਾਬਾ ਜੋਧਵੀਰ ਸਿੰਘ ਵੱਲੋਂ ਨਿਭਾਈ ਜਾ ਰਹੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ, ਅਸੀਸਾਂ ਲੈਣ ਵਾਸਤੇ ਜਿੱਥੇ ਦੁਨੀਆ ਭਰ ਦੇ ਵਿੱਚੋਂ ਸੰਗਤਾਂ ਆ ਕਰਕੇ ਹਾਜ਼ਰੀਆਂ ਭਰਦੀਆਂ ਨੇ। 3-4 ਰੋਜ਼ ਤੋਂ ਸਤਿਕਾਰਯੋਗ ਸੰਤ ਬਾਬਾ ਜੋਧ ਸਿੰਘ ਜੀ ਮਹਾਂਪੁਰਖ ਅਜਨਾਲੇ ਤੋਂ ਜਿਹੜੇ ਹਰ ਸਾਲ ਹੀ ਆ ਕਰਕੇ ਮਹਾਰਾਜ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਉਹਦੇ ਨਾਲ ਨਾਲ ਗੁਰੂ ਕੇ ਪਾਵਨ ਲੰਗਰਾਂ ਦੀ ਸੇਵਾ ਵੀ ਕਰਦੇ ਹਨ। ਸੋ ਮਹਾਂਪੁਰਖਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ। 4 ਦਿਨ ਤੋਂ ਲਗਾਤਾਰ ਮਹਾਂਪੁਰਖਾਂ ਵੱਲੋਂ ਲੰਗਰ ਦੀ ਸੇਵਾ, ਠੰਡੇ ਮਿੱਠੇ ਜਲ ਦੀ ਸੇਵਾ, ਹੋਰ ਬੇਅੰਤ ਸੇਵਾਵਾਂ ਨਿਭਾਉਂਦਿਆਂ ਹੋਇਆ ਬੇਅੰਤ ਸੰਗਤਾਂ ਨੂੰ ਅਜਨਾਲਾ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਨਾਲ ਲੈ ਕਰਕੇ ਆਏ ਬੇਅੰਤ ਨੌਜਵਾਨ ਵੀਰਾਂ ਨੂੰ ਸਿੱਖੀ ਨਾਲ ਜੋੜਿਆ ਅਤੇ ਜਿਨ੍ਹਾਂ ਨੇ ਨਹੀਂ ਸੀ ਕਦੇ ਦਰਸ਼ਨ ਕੀਤੇ, ਜਿਹੜੇ ਆਉਣ ਤੋਂ ਅਸਮਰੱਥ ਸਨ, ਉਹਨਾਂ ਨੂੰ ਵੀ ਮਹਾਂਪੁਰਖ ਆਪਣੇ ਨਾਲ ਲੈ ਕੇ ਆਏ, ਇੱਥੇ ਦਰਸ਼ਨ ਦੀਦਾਰ ਕੀਤੇ ਅਤੇ ਸਾਰੀਆਂ ਸੰਗਤਾਂ ਨੇ ਬੜੇ ਤਨ ਮਨ ਧਨ ਦੇ ਨਾਲ ਜਿੱਥੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਨੌਜਵਾਨ ਵੀਰਾਂ ਨੇ ਮਹਾਂਪੁਰਖਾਂ ਦੇ ਹੁਕਮ ਦੇ ਨਾਲ ਤਖ਼ਤ ਸਾਹਿਬ ਜੀ ਦੀ ਸਾਫ਼ ਸਫਾਈ ਦੀ ਸੇਵਾ, ਹੋਰ ਵੀ ਜਿੱਥੇ ਕੋਈ ਸੇਵਾਵਾਂ ਕਰਨ ਵਾਲੀਆਂ ਸਨ, ਬੜੀਆਂ ਸੇਵਾਵਾਂ ਨੌਜਵਾਨਾਂ ਨੇ ਮਹਾਂਪੁਰਖਾਂ ਦੇ ਹੁਕਮ ਨਾਲ ਕੀਤੀਆਂ ਨੇ। ਸੋ ਸਮੁੱਚੇ ਪ੍ਰਬੰਧ ਵੱਲੋਂ ਮਹਾਂਪੁਰਖ ਸੰਤ ਬਾਬਾ ਜੋਧ ਸਿੰਘ ਜੀ ਅਜਨਾਲੇ ਵਾਲੇ ਮਹਾਂਪੁਰਖ ਸਭਨਾਂ ਦਾ, ਸਾਰੀ ਸੰਗਤ ਦਾ ਬਹੁਤ ਧੰਨਵਾਦ। ਅਰਦਾਸ ਕਰਦੇ ਗੁਰੂ ਸਾਹਿਬ ਇਸੇ ਤਰ੍ਹਾਂ ਸੰਤਾਂ ਨੂੰ ਕੌਮ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਤਖ਼ਤਾਂ ਦੇ ਦਰਸ਼ਨ ਦੀਦਾਰ ਕਰਵਾਉਣ, ਜਿੱਥੇ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਹੋਣਗੀਆਂ ਉੱਥੇ ਬੇਅੰਤ ਸੰਗਤਾਂ ਦੀ ਖੁਸ਼ੀ ਪ੍ਰਾਪਤ ਕਰਦੇ ਹਨ। ਸੋ ਸਤਿਗੁਰੂ ਮਹਾਂਪੁਰਖਾਂ ਨੂੰ ਦੇਹ ਰੋਗਤਾ ਬਖਸ਼ਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਲੰਗਰਾਂ ਦੀਆਂ ਸੇਵਾਵਾਂ, ਪੰਥ ਦੀਆਂ ਸੇਵਾਵਾਂ ਅਤੇ ਸੰਗਤ ਦੀਆਂ ਸੇਵਾਵਾਂ ਕਰਨ ਦਾ ਬਲ ਬਖਸ਼ਿਸ਼ ਕਰਨ ਜੀ। ਧੰਨ ਧੰਨ 5ਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸੰਗਤਾਂ ਦੂਰੋਂ ਦੁਰਾਡੇ
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਮਨਾ ਰਹੀਆਂ ਨੇ, ਸ਼ਰਧਾ ਭਾਵਨਾ ਨਾਲ ਬੜੇ ਜ਼ੋਰ ਨਾਲ ਮਨਾ ਰਹੀਆਂ ਨੇ। ਇਸੇ ਸ਼ਰਧਾ ਭਾਵਨਾ ਮੁੱਖ ਰੱਖ ਕੇ ਸ਼ਹਿਰ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਤੋਂ ਧੰਨ ਧੰਨ ਬਾਬਾ ਜੋਧਾ ਸਿੰਘ ਮਹਾਂਪੁਰਖ ਕਾਰ ਸੇਵਾ ਵਾਲੇ ਅਤੇ ਸ਼ਹੀਦ ਗਿਆਨੀ ਦਵਿੰਦਰ ਸਿੰਘ ਜੀ ਉਹਨਾਂ ਦੇ ਸੇਵਕ ਸਲਾਨਾ ਲੰਗਰ ਛਬੀਲ ਦਾ ਲੰਗਰ ਨਾਲ ਪਟਨਾ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਨੇ। ਉਸੇ ਸਿਲਸਿਲੇ ਵਿੱਚ ਧੰਨ ਧੰਨ ਬਾਬਾ ਜੋਧਾ ਜੋਧਵੀਰ ਸਿੰਘ ਜੀ ਮੌਜੂਦਾ ਸੇਵਾਦਾਰ ਇੱਥੇ ਲੰਗਰ ਦਾ ਪ੍ਰਬੰਧ ਕਰਕੇ ਸੰਗਤਾਂ ਨੂੰ ਛਕਾ ਰਹੇ ਨੇ, ਜੋ ਕਿ 7, 8, 9, 10 ਜੂਨ ਇਸ ਵਾਰ 2024 ਵਿੱਚ ਲੰਗਰ ਜਿਹੜਾ ਵਾ ਵਰਤਾਇਆ ਗਿਆ ਹੈ। ਅਤੇ ਸਰਨਾਥ ਹਰ ਸਾਲ ਸੰਗਤਾਂ ਸ਼ਰਧਾ ਭਾਵਨਾ ਇਸ ਲੰਗਰ ਰਸਤਾ ਲੈ ਕੇ ਆਉਂਦੇ ਨੇ, ਇੱਥੇ ਦਰਸ਼ਨ ਮੇਲੇ ਕਰਕੇ ਆਪਣੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਦੇ ਨੇ। ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਹਰਿਦੁਆਰ ਅਤੇ ਦੇਵ ਭੂਮੀ ਮਹਿਲਾ ਵਿਕਾਸ ਸਮਿਤੀ ਭਗਵਾਨਪੁਰ ਹਰਿਦੁਆਰ ਦੀ ਸਾਂਝੀ ਅਗਵਾਈ ਹੇਠ ਇੱਕ ਰੋਜ਼ਾ ਲੜਕੇ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ 'ਚ ਪਤੰਜਲੀ ਗੁਰੂਕੁਲਮ ਦੇ ਵੱਖ ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪਤੰਜਲੀ ਦੇ ਵਿਦਿਆਰਥੀਆਂ ਨੇ ਜੰਪਿੰਗ, ਜੈਵਲਿਨ ਥਰੋ, ਡਿਸਕਸ ਥਰੋ, ਸ਼ਾਟਪੁੱਟ ਆਦਿ ਮੁਕਾਬਲਿਆਂ ਵਿੱਚ 10 ਸੋਨੇ ਦੇ ਤਮਗੇ, 17 ਚਾਂਦੀ ਅਤੇ 25 ਕਾਂਸੇ ਦੇ ਤਮਗੇ ਪ੍ਰਾਪਤ ਕੀਤੇ। ਪੰਜਾਬੀ ਦੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਮੈਨੂੰ ਨੀਲਕਮਲ ਨੂੰ ਦਿਓ ਇਜਾਜ਼ਤ ਤੇ ਆਓ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ 'ਤੇ।